ਵੀਡੀਓ ਵੇਖ ਰਹੇ ਸਾਰੇ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਆਇਆ ਜੀ ਤੁਹਾਡੇ ਲਈ ਵੱਡੀ ਖਬਰ, ਸਸਤਾ ਹੋਇਆ ਗੈਸ ਸਿਲੰਡਰ ਪੰਜਾਬ 'ਚ ਕਿੰਨੀ ਕੀਮਤ ਜਿਹੜੀ ਆ ਹੋ ਗਈ ਆ। ਪੂਰੀ ਜਾਣਕਾਰੀ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ। ਚੈਨਲ 'ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਹਰ ਤਰ੍ਹਾਂ ਦੀਆਂ ਅਪਡੇਟ ਜਿਹੜੀਆਂ ਮਿਲਦੀਆਂ ਰਹਿਣ ਸਾਡੇ ਚੈਨਲ 'ਤੇ। ਸੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਐਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਫਿਰ ਤੋਂ ਕਟੌਤੀ ਜਿਹੜੀ ਆ ਸੁਣਨ ਨੂੰ ਮਿਲ ਰਹੀ ਸੀ, ਅਤੇ ਇਹ ਕਟੌਤੀ ਜਿਹੜੀ ਆ ਸਰਕਾਰ ਨੇ ਕਰ ਦਿੱਤੀ ਆ, ਜਿਹਦੇ ਵਿੱਚ ਜਿੰਨੇ ਵੀ ਐਲ ਪੀ ਜੀ ਗੈਸ ਕੰਜ਼ਿਊਮਰ ਹੈਗੇ ਨੇ, ਠੀਕ ਹੈ ਜੀ, ਉਹਨਾਂ ਲਈ ਬਹੁਤ ਹੀ ਵੱਡੀ ਰਾਹਤ ਦੇਈ ਆ ਸਰਕਾਰ ਨੇ ਦੇ ਦਿੱਤੀ ਆ। ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਤੋਂ ਠੀਕ ਪਹਿਲਾਂ ਐਲ ਪੀ ਜੀ ਗਾਹਕਾਂ ਨੂੰ ਵੱਡੀ ਰਾਹਤ ਜਿਹੜੀ ਆ ਦੇ ਦਿੱਤੀ ਗਈ ਆ। ਤੁਹਾਨੂੰ ਇਹ ਵੀ ਦੱਸ ਦਈਏ ਕਿ ਸਰਕਾਰੀ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਵੱਲੋਂ ਐਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਤੀਜੀ ਵਾਰ ਕਟੌਤੀ ਜਿਹੜੀ ਆ ਇਸ ਸਾਲ ਕਰ ਦਿੱਤੀ ਗਈ ਆ। ਮਤਲਬ ਕਿ 2-1 ਜਨਵਰੀ ਤੋਂ ਲੈ ਕੇ 31 ਮਈ ਤੱਕ ਕੰਪਨੀਆਂ ਨੇ 3 ਵਾਰ ਜਿਹੜੀ ਗੈਸ ਦੀ ਕਟੌਤੀ ਆ ਉਹ ਕਰ ਦਿੱਤੀ ਆ। ਇਸ ਤਰ੍ਹਾਂ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਐਲ ਪੀ ਜੀ ਸਿਲੰਡਰ ਦੀ ਕੀਮਤ 3 ਗੁਣਾ ਹੇਠਾਂ ਜਿਹੜੀ ਆ ਗਈ ਆ। ਸੋ ਹੁਣ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਰਕਾਰੀ ਤੇਲ ਕੰਪਨੀਆਂ ਵੱਲੋਂ ਜੋ ਨੋਟੀਫਿਕੇਸ਼ਨ ਨੇ ਉਹ ਜਾਰੀ ਹੋ ਚੁੱਕੇ ਨੇ, ਅਤੇ ਸਾਰੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਐਲ ਪੀ ਜੀ ਕੰਪਨੀਆਂ ਹੈਗੀਆਂ ਨੇ, ਠੀਕ ਹੈ ਜੀ, ਚਾਹੇ ਉਹ ਇੰਡੀਅਨ ਗੈਸ ਹੈ, ਚਾਹੇ ਭਾਰਤ ਗੈਸ ਹੈਗੀ ਹੈ, ਚਾਹੇ ਐਚ ਪੀ ਗੈਸ ਹੈਗੀ ਆ, ਸੋ ਉਹਨਾਂ ਦੇ ਵਿੱਚ ਸਾਰੇ ਹੀ ਨੋਟੀਫਿਕੇਸ਼ਨ ਜਿਹੜੇ ਆ ਭੇਜ ਦਿੱਤੇ ਆ। ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਕਟੌਤੀ ਹੈਗੀ ਆ ਦਿੱਲੀ ਦੇ ਵਿੱਚ ਜਿਹੜੀ ਆ 70 ਰੁਪਈਏ ਜਿਹੜੀ ਆ ਕਰ ਦਿੱਤੀ ਗਈ ਆ, ਹਿਮਾਚਲ ਦੇ ਵਿੱਚ 80 ਰੁਪਈਏ ਕਰ ਦਿੱਤੀ ਗਈ ਆ, ਅਤੇ ਜੇਕਰ ਅਸੀਂ ਪੰਜਾਬ ਸਟੇਟ ਦੀ ਗੱਲ ਕਰੀਏ ਤਾਂ ਪੰਜਾਬ ਸਟੇਟ ਦੇ ਵਿੱਚ ਵੀ ਜਿਹੜੀ ਐਲ ਪੀ ਜੀ ਸਿਲੰਡਰ ਦੀ ਕੀਮਤ ਹੈ ਉਹਦਾ ਵਿੱਚ ਕਾਫੀ ਜ਼ਿਆਦਾ ਵਾਧਾ, ਜਿਹੜੀ ਕਟੌਤੀ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਜਿਹੜਾ ਹੋਇਆ। ਤੁਹਾਨੂੰ ਇਹ ਵੀ ਦੱਸ ਦਈਏ ਕਿ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਦੇ ਵਿੱਚ ਇਹ ਕਟੌਤੀ ਜਿਹੜੀ ਆ ਕਰ ਦਿੱਤੀ ਗਈ ਆ। ਜਦੋਂ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਆਪਣੇ ਆਖਰੀ ਪੜਾਅ ਤੇ ਹਨ, ਲੋਕ ਸਭਾ ਚੋਣਾਂ 1 ਮਹੀਨੇ ਸ਼ੁਰੂ ਹੋ ਗਈਆਂ ਸੀ, ਅੱਜ ਜਿਹੜੀ ਤੁਹਾਨੂੰ ਦੱਸ ਦਈਏ ਕਿ ਅੱਜ 2 ਜੂਨ ਜਿਹੜੀ ਆ ਹੋ ਚੁੱਕੀ ਹੈਗੀ ਆ। ਪਿਛਲੇ ਮਹੀਨੇ ਕਿੰਨੀ ਕਮੀ ਆਈ ਸੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਐਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਾਫੀ ਜ਼ਿਆਦਾ ਕਟੌਤੀ ਆਈ ਸੀ, ਪਰ ਜਿਹੜੀ ਇਹ ਕਟੌਤੀ ਆ ਹੁਣ ਤੁਹਾਨੂੰ ਦੱਸ ਦਈਏ ਕਿ ਐਲ ਪੀ ਜੀ ਸਿਲੰਡਰ ਜਿਹੜਾ ਆ ਪੰਜਾਬ ਦੇ ਵਿੱਚ 65 ਰੁਪਈਏ ਜਿਹੜਾ ਸਸਤਾ ਕਰ ਦਿੱਤਾ ਗਿਆ। ਜੀ ਹਾਂ, ਨੋਟ ਕਰ ਲਵੋ, 65 ਰੁਪਈਏ ਇੰਡੀਅਨ ਗੈਸ ਸਿਲੰਡਰ ਜਿਹੜਾ ਤੁਹਾਨੂੰ ਹੋਰ ਸਸਤਾ ਜਿਹੜਾ ਆ ਪੰਜਾਬ ਦੇ ਵਿੱਚ ਜਿਹੜਾ ਮਿਲਿਆ ਕਰੇਗਾ। ਇਹ ਨੋਟੀਫਿਕੇਸ਼ਨ ਜਿਹੜੇ ਸਰਕਾਰ ਨੇ ਸਾਰੀਆਂ ਹੀ ਪੰਜਾਬ ਦੀਆਂ ਜਿੰਨੀਆਂ ਵੀ ਐਲ ਪੀ ਜੀ ਗੈਸ ਏਜੰਸੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਭੇਜ ਦਿੱਤੇ ਨੇ। ਹੁਣ ਤੋਂ ਤੁਹਾਨੂੰ ਹੋਰ 70 ਰੁਪਈਏ ਸਸਤਾ ਸਿਲੰਡਰ ਜਿਹੜਾ ਮਿਲੇਗਾ। 65 ਰੁਪਈਏ ਤਾਂ ਤੁਹਾਨੂੰ ਮਿਲਣਾ ਹੀ ਮਿਲਣਾ ਆ, ਪਰ ਕਈ ਵਾਰੀ ਕੀ ਹੁੰਦਾ ਕਿ 5 ਰੁਪਈਏ ਜਿਹੜੇ ਆ ਕਈਆਂ ਸਿਲੰਡਰ ਵਾਲੇ ਕੋਲ ਹੁੰਦੇ ਨਹੀਂ, ਅਤੇ ਉਹ ਤੁਹਾਡੇ 5 ਰੁਪਈਏ ਐਕਸਟਰਾ ਘੱਟ ਰਹਿੰਦੇ ਨੇ। ਸੋ ਤੁਸੀਂ ਟੁੱਟੇ ਪੈਸੇ ਜਿਹੜੇ ਆ, ਖੁੱਲ੍ਹੇ ਪੈਸੇ ਜਿਹੜੇ ਆ, ਤੁਸੀਂ ਐਲ ਪੀ ਜੀ ਸਿਲੰਡਰ ਗੈਸ ਵਾਲਿਆਂ ਨੂੰ ਦੇਣੇ ਨੇ ਤਾਂ ਜੋ ਤੁਹਾਨੂੰ 65 ਰੁਪਈਏ ਸਸਤਾ ਸਿਲੰਡਰ ਜਿਹੜਾ ਮਿਲ ਸਕੇ। ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਧੰਨਵਾਦ।